ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅੱਜ ਦੇ ਦਿਨ ਦਾ ਆਗਾਜ਼ ਕਰਦੇ ਹਾਂ ਜਾਣਾ ਵਾ ਟੋਬਾ ਟੈਕਸਿੰਗ ਕੰਮ ਦੇ ਸਿਲਸਿਲੇ ਵਿੱਚ। ਗਾੜੀ ਸਾਹਮਣੇ ਉਹ ਪਾਰਕ ਕੀਤੀ ਸਾਹਮਣੇ ਇਸ ਤਰਫ ਸ਼ਹਿਰ ਚੌਕ ਆਜ਼ਮ। ਦਿਨ ਚੜ੍ਹ ਗਿਆ ਵਾ, ਬਸ ਹਲਕੀ ਹਲਕੀ ਰੋਸ਼ਨੀ ਮਤਲਬ ਸ਼ੁਰੂ ਹੋ ਗਈ, ਦਿਨ ਦਾ ਆਗਾਜ਼ ਹੋ ਗਿਆ ਵਾ। ਇੱਥੇ ਆਏ ਬੈਕਰੀ ਦੇਖਤੇ, ਇੱਥੋਂ ਕੁਛ ਰਸਤੇ ਵਾਸਤੇ ਸਮਾਨ ਸਮੂਨ ਲੈਣਾ ਸੀ, ਮੈਂ ਕਿਹਾ ਉਹ ਲੈ ਲਈਏ ਲੈ ਕੇ, ਅਤੇ ਫਿਰ ਅਲਹਮਦੁਲਿਲਾ ਆਪਣੇ ਸਫ਼ਰ ਦਾ ਆਗਾਜ਼ ਕਰਦੇ ਹਾਂ। ਲੈਟਸ ਦੀ ਸਫਾਈ ਜਾ ਰਹੀ ਆ, ਸਮਾਨ ਲੈ ਲਿਆ ਵਾ, ਅਤੇ ਹੁਣ ਚੱਲਦੇ ਹਾਂ ਆਪਣੀ ਗਾੜੀ ਦੀ ਤਰਫ ਅਤੇ ਜਾ ਕੇ ਸਟਾਰਟ ਕਰਦੇ ਹਾਂ, ਸਲਫ ਮਾਰਦੇ ਹਾਂ ਅਤੇ ਚੱਲਦੇ ਹਾਂ ਆਪਣੇ ਸਫ਼ਰ ਦੀ ਤਰਫ ਅਲਹਮਦੁਲਿਲਾ। ਗਾੜੀ 'ਚ ਬੈਠ ਕੇ ਮਾਰਿਆ ਸਲਫ ਗੱਡੀ ਨੂੰ, ਸਮਾਨ ਸਮਾਨ ਆਪਣਾ ਪੂਰਾ ਕਰ ਲਿਆ ਸੀ, ਗੱਡੀ ਦੀ ਹਵਾ ਸ਼ਵਾ ਵਗੈਰਾ ਚੈੱਕ ਕੀਤੀ, ਪੈਟਰੋਲ ਚੈੱਕ ਕੀਤਾ, ਅਤੇ ਹੁਣ ਰਵਾਨਾ ਹੁੰਦੇ ਹਾਂ ਆਪਣੇ ਸਫ਼ਰ। ਸ਼ੋਰਕੋਟ, ਇੱਥੇ ਕਰਨਾ ਵਾ ਨਾਸ਼ਤਾ। ਸਮਾਨ ਅਸੀਂ ਆਪਣਾ ਸ਼ਹਿਰੋਂ ਲੈ ਆਉਂਦਾ ਸੀ, ਕੱਢਦੇ ਸੀ ਨਾ ਗਾੜੀ 'ਚੋਂ, ਇਹ ਬਾਕੀ ਸਮਾਨ ਗਾੜੀ ਵਿੱਚ ਇਸ ਤਰਫ ਇੱਧਰ ਪਿਆ ਵਾ, ਅਤੇ ਟੋਟਲ ਪੰਪ ਇੱਧਰ ਸਾਹਮਣੇ, ਅਤੇ ਇੱਧਰ ਸਾਹਮਣੇ ਬੈਠ ਕੇ ਕਰਦੇ ਨਾਸ਼ਤਾ, ਫਿਰ ਚੱਲਦੇ ਆਪਣੇ ਅਗਲੇ ਸਫ਼ਰ 'ਤੇ। ਦੋ ਘੰਟੇ ਦੀ ਮੁਸਾਫ਼ਰ ਤੋਂ ਬਾਅਦ ਅਲਹਮਦੁਲਿਲਾ ਟੋਬਾ ਟੈਕਸੀ ਪਹੁੰਚ ਗਏ ਹਾਂ, ਕਦਨ ਨਾਲ ਮਿਲਿਆ ਗੱਪ ਸ਼ੱਪ ਲਗਾ। ਫਾਈਨਲੀ ਪਹੁੰਚ ਗਏ ਟੋਬਾ ਟੈਕਸਿੰਗ, ਇੱਥੇ ਕੋਰਸ ਵਿੱਚ ਇਰਦ ਗਿਰਦ ਚੈਂਬਰ ਉਕਲਾ ਦੇ ਗਾੜੀ ਉਪਰ ਕੀਤੀ ਆ, ਇੱਥੇ ਕਦਨ ਨਾਲ ਕੰਮ ਸੀ ਥੋੜ੍ਹਾ ਜਿਹਾ, ਕੁਛ ਕੋਰਸ ਵਿੱਚ ਵੀ ਕੰਮ ਸੀ ਉਹ ਕਰਦੇ ਹਾਂ ਕਰਕੇ ਫਿਰ ਵਾਪਸ ਚੱਲਦੇ ਹਾਂ। ਟੋਬਾ ਸਿਟੀ ਦੇ ਕੰਮ ਖਤਮ ਕਰਕੇ ਫਿਰ ਚਲੇ ਗਏ ਗੋਜਰੇ ਦੀ ਤਰਫ, ਉੱਥੇ ਥੋੜ੍ਹਾ ਜਿਹਾ ਕੰਮ ਸੀ, ਕੁਛ ਦੋਸਤ ਇੱਕ ਨੂੰ ਮਿਲਣਾ ਸੀ, ਅਤੇ ਚੱਲਦੇ ਹਾਂ ਗੋਜਰਾ। ਗੋਜਰਾ ਸਿਟੀ ਪਹੁੰਚਣ ਤੋਂ ਬਾਅਦ ਇੱਥੇ ਇਹਨਾਂ ਦੀ ਫੇਮਸ ਮਸ਼ਹੂਰ ਬਰਫੀ ਸੀ ਮੰਦ, ਉਹਦਾ ਸੁਣਿਆ ਮੈਂ ਕਿਹਾ ਚਲੇ ਆਏ ਤਾਂ ਹੈ, ਮੈਂ ਜਾਂਦੇ ਹਾਂ ਵੀ ਲਈ ਜਾਈਏ ਤੋਹਫਾ ਤੋਰ ਨਾਲ, ਇਹਦਾ ਟੇਸਟ ਵਗੈਰਾ ਚੈੱਕ ਕਰਦੇ ਹਾਂ। ਉੱਥੋਂ ਪਹੁੰਚ ਗਏ ਗੋਜਰਾ ਮੇਨ ਚੌਕ ਵਿੱਚ, ਇੱਥੇ ਕਦਨ ਮਿਲਦਾ ਪਿਆ ਸੀ ਦੋਸਤ ਨੂੰ ਜਿਹਨੂੰ ਮਿਲਣਾ ਸੀ, ਉਸ ਤੋਂ ਬਾਅਦ ਭੁੱਖ ਲੱਗੀ ਸੀ, ਅਤੇ ਫਾਸਟ ਫੂਡ ਦੀ ਇੱਕ ਦੁਕਾਨ ਸੀ, ਉੱਥੋਂ ਮੈਂ ਕਿਹਾ ਆਰਡਰ ਕਰਦੇ ਕੁਛ ਹਲਕਾ ਫੁਲਕਾ ਖਾਂਦੇ ਹਾਂ, ਉੱਥੇ ਚਲੇ ਗਏ ਅੰਦਰ ਬੈਠੇ ਅਤੇ ਆਰਡਰ ਕੀਤਾ, ਤਕਰੀਬਨ 10 ਮਿੰਟ ਬਾਅਦ ਆਰਡਰ ਆ ਗਿਆ, ਖਾਇਆ ਅਤੇ ਫਿਰ ਵਾਪਸ। ਤੋਂ ਉੱਤਰ ਕੇ ਵਾਪਸੀ ਰੁਕੇ ਹਾਂ ਇੱਕ ਪੰਪ 'ਤੇ, ਮੋਟਰਵੇ ਨਾਲ ਗਾੜੀ ਉਹ ਪਾਰਕ ਆ ਇੱਧਰ ਮਸਜਿਦ, ਮੈਂ ਕਿਹਾ ਨਮਾਜ਼ ਦਾ ਕਰ ਲਈਏ, ਟਾਈਮ ਹੋ ਗਿਆ ਵਾ, ਨਾਲੇ ਮੈਂ ਕੁਲਫੀ ਥੋੜ੍ਹੀ ਜਿਹੀ ਖਾ ਲਈਏ ਅਤੇ ਫਿਰ ਚੱਲਦੇ ਹਾਂ ਤਕਰੀਬਨ 10 ਮਿੰਟ ਤੱਕ ਵਾਪਸ, ਤਕਰੀਬਨ 1.5 ਘੰਟੇ ਦਾ ਸਫ਼ਰ ਹੈ ਅੱਗੇ ਦਾ, ਚੱਲੇ ਅੱਲਾ ਖੈਰ ਕਰੇ। ਸਟੇਅ ਤੋਂ ਬਾਅਦ ਹੁਣ ਜਾ ਰਹੇ ਹਾਂ ਵਾਪਸ ਆਪਣੇ ਸ਼ਹਿਰ ਦੀ ਤਰਫ ਸਪੀਡੋ ਸਪੀਡ, ਰਸਤੇ ਵਿੱਚ ਇੱਕ ਦੋਸਤ ਨੂੰ ਵੀ ਮਿਲਣਾ ਸੀ ਅਤੇ ਚੱਲਦੇ ਹਾਂ ਪਹਿਲੇ ਉਹਦੇ ਕੋਲ, ਅਤੇ ਉਹਦੇ ਕੋਲ ਬੈਠੇ ਉਹਦੇ ਕੋਲ ਬਹਿ ਕੇ ਗੱਪ ਸ਼ੱਪ ਲਗਾਈ, ਗੱਪ ਸ਼ੱਪ ਲਗਾਉਣ ਤੋਂ ਬਾਅਦ ਇੱਕ ਦੋਸਤ ਦਾ ਸ਼ਹਿਰ ਵਿੱਚ ਦਾਵਤ ਵੀ ਉੱਥੇ ਚੱਲਦਾ। ਹੁਣ ਬਾਹਰ ਨਈਮ ਕੋਲ ਬੈਠੇ ਹੋਏ ਹਾਂ, ਜਨਾਬ ਮਲਕ ਅਸਦੁੱਲਾ ਖਾਨ, ਮਲਕ ਸਨਾਉਲਾ ਖਾਨ ਡੋਗਰ, ਔਰ ਸਾਹਮਣੇ ਵਿਕਾਸ ਪ੍ਰਿੰਸ
ਤੇ ਅਜਮਾਰ ਸਾਹਿਬ ਦੀ ਤਰਫੋਂ ਬੜੀ ਮੁਸ਼ਕਲ ਦਾਵਤ ਦਾ ਪ੍ਰੋਗਰਾਮ ਆ, ਲੇਕਿਨ 12:15 ਇਹਨਾਂ ਨੇ ਮੈਸੇਜ ਕੀਤਾ ਜਦੋਂ ਅਸੀਂ ਰੋਟੀ ਖਾ ਲਈ ਹੈ, ਲੇਕਿਨ ਮਾਫ਼ੀ ਵਾਲੀ ਕੋਈ ਗੱਲ ਨਹੀਂ ਹੈਗੀ ਅਤੇ ਸਾਡੀ ਦਾਵਤ ਦਾ ਅਸੂਲ ਅਸੀਂ 2 ਦਿਨ ਪਹਿਲੇ ਰੋਟੀ ਛੱਡਦੇ ਸੀ, ਚਲੇ ਹੁਣ ਫਿਲਹਾਲ ਜਿਹੜਾ ਵੀ ਟਾਈਮ ਹੈ ਖਾਣਾ ਛਾਣਾ ਵੀ ਉਹਨਾਂ 'ਚ ਘਰ ਆ ਗਿਆ ਸੀ। ਮੈਂ ਕਿਹਾ ਖਾਣਾ ਖਾਂਦੇ ਹਾਂ, ਨਾਲੇ ਦੋਸਤ ਬਾਬ ਨਾਲ ਗੱਪ ਸ਼ੱਪ ਲਗਾਈ, ਕਾਫੀ ਦੇਰ ਬਾਅਦ ਮਿਲੇ ਦੋਸਤ ਨੂੰ। ਗੱਪ ਸ਼ੱਪ ਲਗਾਉਣ ਤੋਂ ਬਾਅਦ ਖਾਣਾ ਸਟਾਰਟ ਕੀਤਾ, ਅਲਹਮਦੁਲਿਲਾ ਖਾਣਾ ਖਾਧਾ, ਚਾਹ ਵਗੈਰਾ ਪੀਤੀ। ਅੱਲਾਹ ਹਾਫਿਜ਼।